ਦੋਸਤੋ ਸਤਿ ਸ੍ਰੀ ਅਕਾਲ ਮੈਂ ਹਰਪਾਲ ਸਿੰਘ ਸ਼ੰਬਲਾ ਦੋਸਤੋ 1984 ਦਾ ਸਾਲ ਸਾਨੂੰ ਭੁਲਾਇਆ ਵੀ ਨਹੀਂ ਭੁੱਲਾ ਇਸ ਸਾਲ ਦੌਰਾਨ ਦੋ ਮੇਨ ਘਟਨਾਵਾਂ ਵਾਪਰੀਆਂ ਪਹਿਲੀ ਘਟਨਾ ਹਰਮੰਦਰ ਸਾਹਿਬ ਤੇ ਆਪਰੇਸ਼ਨ ਬਲੂ ਸਟਾਰ ਕੀਤਾ ਗਿਆ ਦੂਜੀ ਘਟਨਾ ਸਾਰੇ ਭਾਰਤ ਵਿੱਚ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸਰਬੱਤ ਦਾ ਭਲਾ ਮੰਗਣ ਵਾਲੇ ਹਰ ਇੱਕ ਵਿਅਕਤੀ ਦਾ ਖਰ ਦਾ ਬਲੁੰਦ ਰਿਆ ਗਿਆ ਹੂੰ ਦੋਸਤੋ ਆਓ ਸੱਚ ਨੂੰ ਕਵਤਾਰਾਈ ਵੀ ਸੁਣੀਏ ਬਾਈ ਮੇਵਾ ਸਿੰਘ ਜੀ ਪਾੜੀਆ ਕਨਾਂ ਤੋਂ ਤੇ ਦਵਿੰਦਰ ਸਿੰਘ ਜੀ ਬਕਾ ਤੋਂ ਆਓ ਜੀ ਵੀਰ ਜੀ ਜੋ जख्म 84 ਦੇ ਓ ਅੱਜ ਵੀ ਇਸ ਦੇ ਨੇ ਹੈ ਰਾਜੀ ਹੋਣੇ ਨਾ ਭਰ ਭਰ ਕੇ ਫਿਸਦੇ ਨੇ ਜੋ ਜ਼ਖਮ ਚਰਾਸੀ ਦੇ ਓ ਅਜ ਵੀਰਸ ਦੇ ਨੇ ਹੇ ਰਾਜੀ ਹੋਣੇ ਨਾ ਭਰ ਭਰ ਕੇ ਫਿਸਦੇ ਨੇ ਔ ਰਫਲਾ ਕੜਕੀ ਦੀਆਂ ਔ ਤੋਪਾ ਗੜਕੀ ਦੀਆਂ ਗੋਲੇ ਹਰੀ ਮੰਦਰ ਤੇ ਅੱਬਰ ਦੇ ਦਿਸਦੇ ਨੇ ਜੋ ਜ਼ਖਮ ਚਰਾਸੀ ਦੇ ਓਏ ਅਜ ਵੀ ਰਿਸਦੇ ਨੇ ਹੋ ਘੜੀਆਂ ਜੂਨਦੀਆਂ ਤੇ ਨਦੀਆਂ ਖੂਨ ਦੀਆਂ ਰੱਖ ਜਾਨਾ ਤਲੀਆਂ ਤੇ ਸਿੰਘ ਲੜਦੇ ਦਿਸਦੇ ਨੇ ਜੋ ਜ਼ਖਮ ਚਰਾਸੀ ਦੇ ਉਹ ਅੱਜ ਵੀ ਰਸਦੇ ਨੇ ਉਹ ਲਾਟਾਂ ਕਹਿਰ ਦੀਆਂ ਜੋ ਦਿੱਲੀ ਸ਼ਹਿਰ ਦੀਆਂ ਭਾਰਤ ਦੇ ਸੀਨੇ ਤੇ ਸਿੰਘ ਸੜਦੇ ਦਿਸਦੇ ਨੇ ਜੋ ਜ਼ਖਮ ਚਰਾਸੀ ਦੇ ਆਹੋ ਅਜ ਵੀ ਰਿਸਦੇ ਨੇ ਹਉ ਕੁਝ ਖਾਤਰ ਬੁਰਕੀ ਦੀ ਕੁਝ ਖਾਤਰ ਕੁਰਸੀ ਦੀ ਝਾੜੇ ਚੰਦ ਗਦਾਰਾਂ ਦੇ ਨਾ ਛੁਪਦੇ ਦਿਸਦੇ ਨੇ ਜੋ ਜ਼ਖਮ ਚਰਾਸੀ ਦੇ ਉਹ ਅੱਜ ਵੀ ਰਿਸਦੇ ਨੇ ਜੋ ਕਾਤਿਲ ਸਾਡੇ ਨੇ ਸ਼ਾਮਲੇ ਨੂੰ ਹਕ ਮਰਦੇ ਦਿਸਦੇ ਨੇ ਜੋ ਜ਼ਖਮ ਚਰਾਸੀ ਦੇ ਔ ਅਜ ਵੀ ਰਿਸਦੇ ਨੇ ਹੇ ਰਾਜੀ ਹੋਣੇ ਨਾ ਪਰ ਪਰ ਕੇ ਫਿਸਦੇ ਲੈ ਜੋ ਜ਼ਖਮ ਚਰਾਸੀ ਦੇ ਓ ਅੱਜ ਵੀ ਰਿਸਦੇ ਨੇ ਐ ਰਾਜੀ ਹੁਣੇ ਨਾ ਭਾਰੀ ਭਰ ਕੇ ਫਿਸਦੇ ਨੇ